ਮੌਲਵੀ ਹਲਾਲੀ ਏ ਕੰਮ ਭਾਵੇਂ ਰਾਮੀਆਂ ਵਾਲੇ ਕਰਦਾ, ਐਡੀਆਂ ਐਡੀਆਂ ਦਾੜੀਆਂ ਛੱਡ ਕੇ ਸੁਥਣਾ ਟੁੰਗੀਆਂ ਨੇ ਤੇ ਮਿਲਾਦ ਨਹੀਂ ਕਰਾਉਣਾ ਤੇ ਯਾ ਰਸੂਲ੍ਲਾ ਨਹੀਂ ਕਹਿਣਾ ਤੇ ਯਾਰਵੀਂ ਸ਼ਰੀਫ ਤੇ ਨਬੀ ਕੋਲੋਂ ਮੰਗਣਾ ਕੁਝ ਨਹੀਂ, ਨਬੀ ਕਰ ਕੁਝ ਨਹੀਂ ਸਕਦਾ। ਨਿਕਾਹ ਤੇ ਹੋਇਆ ਸਾ ਸੁਣੋ, ਹੁਣ ਪਤਾ ਨਹੀਂ ਅੱਗੇ ਕੰਮ ਕੀ ਹੋ ਗਿਆ। ਨਿਕਾਹ ਦੀ ਬਰਕਤ ਨਾਲ ਨਬੀ ਦੀ ਸੁਨਤ ਦੇ ਸਦਕੇ ਹਲਾਲੀ ਹੋਇਆ। ਹਲੇ ਵੀ ਆਂਦਾ ਨਬੀ ਦਾ ਕੀ ਫਾਇਦਾ, ਨਬੀ ਕੀ ਕਰ ਸਕਦਾ ਹੈ। ਮੈਂ ਕਿਹਾ ਤਵੱਜੋ ਕਰ, ਮੇਰੇ ਆਕਾ ਜਾਨ ਆਲਮ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਸ਼ਾਨ ਬਿਆਨ ਕਰਦੇ ਹੋਏ ਆਪ ਫਰਮਾਉਂਦੇ ਨੇ, ਲੋਗੋ ਸੁਣ ਲਓ, ਜਨਾਬੇ ਆਦਮ ਅਲਾ ਨਬੀ ਇਹਨਾਂ ਵਾਲੇ ਹੀ ਸਲਾਮ ਤੋਂ ਸਲਾਮ ਤੋਂ ਲੈ ਕਰਕੇ ਮੇਰੇ ਬਾਬੇ ਅਬਦੁੱਲਾ ਤੱਕ ਜਿੱਥੇ ਜਿੱਥੇ ਮੁਝ ਮੁਹੰਮਦ ਦਾ ਨੂਰ ਆਇਆ ਹੈ, ਨਿਕਾਹ ਦੇ ਜ਼ਰੀਏ ਮੁਨਤਕਿਲ ਹੋਇਆ ਹੈ। ਨਿਕਾਹ ਦੇ ਜ਼ਰੀਏ ਯਾਨੀ ਮਾਂ ਬਾਪ ਦੇ ਜ਼ਰੀਏ, ਮਾਂ ਬਾਪ ਦੇ ਜ਼ਰੀਏ ਮੇਰੇ ਨਬੀ ਦਾ ਨੂਰ ਮੁਨਤਕਿਲ ਹੋਇਆ ਹੈ। ਇਹ ਮੇਰੇ ਆਕਾ ਜਾਨੇ ਆਲੂ ਸੱਲੱਲਾਹੁ ਅਲੈਹਿ ਵਸੱਲਮ ਨੇ ਬਟਾਰੇ ਸ਼ਾਨ ਬਿਆਨ ਫਰਮਾਇਆ। ਮੇਰੇ ਆਕਾ ਜਾਨੇ ਆਲੂ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਆਪ ਦੇ ਬਾਰੇ ਚ ਬਕਵਾਸਾਂ ਹੋਈਆਂ, ਮੇਰੇ ਆਕਾ ਨੇ ਫਰਮਾਇਆ, ਦੱਸੋ ਸਹਾਬਾ ਮੈਂ ਕੌਣ ਹਾਂ। ਅਰਜ਼ ਕੀਤੀ, ਸੋਹਣਿਆ ਤੁਸੀਂ ਅੱਲਾਹ ਦੇ ਰਸੂਲ ਹੋ, ਤਵੱਜੋ, ਰਿਵਾਜ ਤੁਸੀਂ ਅੱਗੇ ਵੀ ਸੁਣੀ ਹੋਣੀ ਹੈ। ਮੇਰੇ ਆਕਾ ਫਰਮਾਇਆ ਅੱਲਾਹ ਦਾ ਰਸੂਲ ਤੇ ਹਾਂ, ਪਰ ਸੁਣੋ ਮੁਹੰਮਦ ਇਬਨ ਅਬਦੁੱਲਾ, ਉਹ ਮੇਰਾ ਬਾਬਾ ਅਬਦੁੱਲਾ ਹੈ। ਹਜ਼ੂਰ ਨੇ ਆਪਣੇ ਨਸਬ ਬਿਆਨ ਆਪਣੇ ਬਾਪ ਤੋਂ ਖਬਰ, ਬਾਪ ਤੇ ਫਖਰ ਹੁੰਦਾ ਹੈ, ਮਾਂ ਬਾਪ ਤੇ ਨਾਜ਼ ਹੁੰਦਾ ਹੈ, ਇਹ ਸਭ ਕੁਝ ਨੇ। ਮਾਲ ਦੌਲਤ ਜਾਂ ਹੋਸ਼ਮਤ, ਰੱਬੇ ਕਾਬਾ ਦੀ ਕਸਮ ਹੈ, ਕਿਸੇ ਨੂੰ ਸਮਝ ਆਵੇ ਨਾ ਆਵੇ, ਕਿਸੇ ਦੇ ਖਾਤੇ ਚ ਗੱਲ ਪਵੇ ਨਾ ਪਵੇ, ਖਾਨੇ ਚ ਬੜੇ ਨਾ ਬੜੇ, ਕੋਈ ਆਖੇ ਮੈਂ ਬੜਾ ਪੜ੍ਹਿਆ ਲਿਖਿਆ ਵਾਂ, ਮੇਰਾ ਮਾਂ ਪਿਓ ਤੇ ਬੜਾ ਅਨਪੜ੍ਹ ਮੁਆਜ਼ਮਾ, ਪੜ੍ਹਿਆ ਲਿਖਿਆ ਨਹੀਂ, ਇਹ ਇਹ ਰੱਖ ਰਖਾਉ ਨਹੀਂ ਜਾਣਦੇ। ਉਹ ਮੈਂ ਕਿਹਾ ਚੱਲਿਆ, ਉਹ ਕਮਲਿਆ ਤੈਨੂੰ ਨਹੀਂ ਪਤਾ, ਭਾਵੇਂ ਮਾਂ ਅਨਪੜ੍ਹ ਭਾਵੇਂ ਬਾਪ ਪੜ੍ਹਿਆ ਨਹੀਂ ਹੈ, ਪਰ ਅੱਲਾਹ ਦੇ ਰਸੂਲ ਨੇ ਤੇਰੀ ਮੇਰੀ ਜੰਨਤ ਉਹਨਾਂ ਦੇ ਕਦਮਾਂ ਥੱਲੇ ਰੱਖੀ ਹੈ। ਉਹਨਾਂ ਨੂੰ ਮਨਾਉਣਾ ਹੀ ਤੇ ਰਾਜ਼ੀ ਹੋਣਾ। ਮੇਰੇ ਆਕਾ ਜਾਨੇ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਗੁਲਾਮਾਂ ਵਾਸਤੇ ਕੀ ਇਰਸ਼ਾਦ ਫਰਮਾਇਆ, ਫਰਮਾਇਆ ਲੋਕੋ, ਕੋਈ ਬੰਦਾ ਆਪਣੇ ਬਾਪ ਨੂੰ ਗਾਲੀ ਨਾ ਦੇਵੇ। ਵੱਡੀਆਂ ਗੁਨਾਹਾਂ ਵਿੱਚੋਂ ਸਭ ਤੋਂ ਵੱਡਾ ਗੁਨਾਹ ਮਾਂ ਬਾਪ ਨੂੰ ਗਾਲੀ ਦੇਣਾ ਹੈ। ਸੋਹਣਿਆ, ਕੋਈ ਆਪਣੇ ਬਾਪ ਨੂੰ ਕਿਵੇਂ ਗਾਲੀ ਦੇ ਸਕਦਾ ਹੈ, ਕੋਈ ਆਪਣੀ ਮਾਂ ਨੂੰ ਕਿਵੇਂ ਗਾਲੀ ਦੇ ਸਕਦਾ ਹੈ। ਮੇਰੇ ਆਪਾ ਨੇ ਫਰਮਾਇਆ ਵਹਲ ਯਸ਼ਤਮੁਰ ਰਜੁਲੁ ਵਾਲਿਦੈ, ਕਾਲ ਨਅਮ, ਮੇਰੇ ਆਪਾ ਫਰਮਾਇਆ ਹਾਂ, ਯਸੁਕਤੁ ਅਬਰ ਰਜੁਲਿ ਵਯਸੁਕਤੁ ਅਬਾਹੁ ਵਯਸੁਕਤੁ ਉਮਮਹੁ ਵਯਸੁਕਤੁ ਉਮਮਹੁ, ਫਰਮਾਇਆ ਹਾਂ ਹਾਂ, ਜਿਹੜਾ ਕਿਸੇ ਦੇ ਬਾਪ ਨੂੰ ਗਾਲੀ ਦੇਵੇ ਉਹ ਅੱਗੇ ਉਹਦੇ ਬਾਪ ਨੂੰ ਗਾਲੀ ਦੇਵੇ, ਉਹਨੇ ਆਪ ਹੀ ਆਪਣੇ ਬਾਪ ਨੂੰ ਗਾਲੀ ਦਿੱਤੀ ਹੈ। ਕਿਸੇ ਦੀ ਮਾਂ ਨੂੰ ਗਾਲੀ ਦੇਵੇ ਉਹ ਉਹਦੀ ਮਾਂ ਨੂੰ ਗਾਲੀ ਦੇਵੇ, ਉਹਨੇ ਇੰਜੀ ਜਿਵੇਂ ਆਪ ਆਪਣੀ ਮਾਂ ਨੂੰ ਗਾਲੀ ਦਿਲਵਾਈ ਹੈ। ਫਰਮਾਇਆ ਇਹ ਕਬੀਰਾ ਗੁਨਾਹਾਂ ਵਿੱਚੋਂ ਵੱਡੀਆਂ ਗੁਨਾਹਾਂ ਵਿੱਚੋਂ ਗੁਨਾਹ ਹੈ, ਨਾ ਕਦੀ ਕਿਸੇ ਦੇ ਮਾਂ ਬਾਪ ਨੂੰ ਗਾਲੀ ਦਿਆ ਜੇ, ਨਾ ਕੋਈ ਤੁਹਾਡੇ ਮਾਂ ਬਾਪ ਨੂੰ ਗਾਲੀ ਦੇਵੇ। ਓਏ ਆਪਣੇ ਮਾਪਿਆਂ ਦੀ
عزت دا سبب بنیا جے ذلت دا سبب نہ بنیا جے مدینے والے دے فرمان دا سہارا لے کے آخنا جڑا ایں دا خیال رکھے گا رب کعبہ دی قسم ہے ساری دنیا جاوے او ذلیل ہو جائے اللہ کبھی ایسے بندے نوں ذلیل نہیں ہون دے گا نعرہ تکبیر علماء اہل سنت دیکھو قرآن پاک قرآن رشید رب قدیر دا کلام ماں دے کلیجے نوں ٹھنڈ پانا ماں دے سکون دا خیال کرنا یہ قرآن دسیا قرآن مجید قرآن رشید دے اندر لمبا واقعہ بھی تفصیل موجود ہے موسیٰ دی ماں نوں حکم ہویا پہاڑ دے وچ بکسے چ پا تے دریا چ بہا تے ماں ماں ہے بچہ جے باہر رکھا تے فرعون مارسی ڈیوٹی لگ گئی ہے جے بکسے چ پاوا سوراخ نے پانی چ ڈوب جائے گا اللہ فرمایا گھبرانا اے موسیٰ دی ماں گھبرانا اننا تو الیک وجاعلوہ من المرسلین بکسے وچ رکھنا تیرا کم ہے حفاظت اسی کران گے دشمن کو تیرے پتر دی پرویش کراواں گے دشمن دے گھر پالاں گے سارے مضمون دا خلاصہ اے وے اللہ فرماندا اے اساں موسیٰ تے حرام کر دتا کسے ہور عورت دا دودھ نہیں پینا تیری ماں نال وعدہ کیتا اے ماں آ رہی اے یا اللہ کیوں حرام کیتا دودھ تے کوئی ہور بھی پلا سکدی سی فرمایا اس واسطے حرام کیتا سی ماں موسیٰ جی اے جدوں ماں پتر نوں پیائے گی ماں دے کلیجے ٹھنڈ پا جائے گی کہ تکرا عین ہا اودیاں اکھاں ٹھڑ جان گیاں کلیجا ٹھڑ جائے گا اے دا مطلب اے ماں دا کلیجا ٹھڑنا ماں دے سینے ٹھنڈ پانا اے اللہ دی سنت اے کڈا بد بخت حکم وے پی ٹھار ماں دا سینہ ٹھار باپ دا سینہ ٹھار تے کڈا کم بخت کڈا بد بخت بجائے ٹھارن دے ساڑ دے نبی پاک صلی اللہ علیہ وسلم دی وہ سیڑھیاں تے قدم رکھن والی حضور فرماتے ہیں آمین آمین جبریل پیا دعاواں منگدا ہے حضور آمین پیا آندے نے جیڑا اپنی حیاتی چ اپنے ماں باپ نوں پاوے اور بخشش نہ کرا لوے اودے واسطے بخشش دے بوئے بند تیری بخشش دا پہلا دروازہ تیرا ماں باپ انہاں نوں راضی کر لے رب رسول اللہ دی ہو جان کے میرے آقا فرماندے ہیں باپ دی رضا وچ رب دی رضا ہے باپ دی ناراضگی وچ رب دی ناراضگی ہے ایتھوں تک شریعت دا حکم ہے ایتھوں تک میرے سامنے حدیث پاک ہے باپ آکھے بیوی نوں طلاق دے دے تے فیصلہ سرکار کو لاوے تے عبداللہ بن عمر نوں سرکار فرماندے نے طلاق دے دے ایتھے تے ایسے ایسے کم بخت نے ایسے ایسے کمی نے ایک طاق دے چکر چلانتی وہ آندے نے ماما تے لب جابیاں نے بیوی کی تھلب دی ہے اور لڑتی ہو میرے آقا دا فیصلہ سنو
چکر چھوڑ دے ہر شہ لب جاتی بیوی فوت ہو گئی تجھے بیوی کر سکنا کی ماں چلی گئی کتوں ماں آئے گی میاں صاحب فرما دین عارفِ کھڑی رومی کشمیر او فرما دین جنوں لمیاں لال کھجوراں اچیاں لمیاں لال کھجوراں دھنیا جی ساوا ہر شہ بازاروں لب جاتی ہر نہیں جے لب دیا ہر شہ بازاروں لب جاتی پر نہیں جے لبیا میرے آقا اپنی ماں یاد کر کے مدینے والے آقا یاد کر کے آنسو کا بہا دے صحابہ پوچھنے میں سونے کیوں جائے میرے آقا فرما دے صحابہ مینو میری ماں یاد آ گئی کاش اج میری ماں زندہ ہوندی میں عشاء دی نماز پڑھان ہوتا میری ماں اپنے اجرے دی کھڑکی دا پردہ پا کے مینو فرماندی ابنی محمد اے میرا لال محمد فرمائے صحابہ میں نماز بعد وچ پڑھدا ماں دی گل تے لبیک پہلو یا نعرہ تکبیر نعرہ تحقیق نعرہ حیدری آستانہ عالیہ مدینہ شریف عظمت والدین زندہ باد عظمت والدین علماء اہل سنت سبحان اللہ میں کتنی باری یہ حدیث پاک سنا چکے ہوں علماء نے کتنی باری سنائی ہے میں پھر آنا میں کسی پیر دے بارے چ نہیں پڑھی میں کسی مرشد دے بارے چ نہیں پڑھی میں سرکار دی حدیث پاک ماپیاں دی شان وچ پڑھی پیر دے ہاتھ چمی آ تھکا لائی آ گوڈے کٹی آ پیر کٹی آ ماں دے کدی پیر کٹے نہیں ہوں پیو دے کدی کٹی نہیں ہوں پیو دے ہاتھ چ میں تے میرے برادر اکبر اے نسخہ دستے نے فرماندے نے پیراں کول تمیز لین جاندے ہو اوے پیراں کول دم کراندے ہو نسخہ میں دے دینا گھر وچ رزقے حلال نہیں مکے گا حضور نسخہ کیے فرمایا گھروں نکلدیاں پیو دے ہاتھ چوم واپس آ کے ماں دے پیر چوم جے ساری دنیا دیاں عزتاں تیرے ویڑے نہ آئیاں تے مینوں پھاڑ لے پیو دے چومے کدی نہیں ماں دے چومے کدی نہیں پیر نو چٹی جا پیر نو تھکاں لائی آ کھ نہیں لبنا پہلو ماں باپ دی خدمت کر صحیح گل کہ نہیں پیر نو تھکاں لائی آ پیر نو چٹی آ پیر صاحب پیر دے اگے ہاتھ بن کے کھلوتے پیچھے ہاتھ بن کے کھلوتے تے پیر بھی ایڈا کرنی والا ہے اونے کدی نہیں آکھیا ماں نو وی راضی کیتا ہی اللہ ایسے پیران تو بچائے تو تسی ہن چھیڑ دیتا تے مینوں سلطان باہو یاد آ گیا
ਉਹ ਬਾਬਾ ਜੀ ਫਰਮਾਉਂਦੇ ਨੇ ਪੀਰ ਮਿਲੇ ਤੇ ਪੀੜ ਮਚਾਵੇ ਨਾਲ ਉਸ ਪੀਰ ਦੀ ਕਰੇ ਸੁਲਤਾਨ ਬਾਹੂ ਦੀ ਵੀ ਹੱਕ ਹੈ ਕੋਈ ਇਨਕਾਰ ਨਹੀਂ ਪਰ ਇਹ ਵੀ ਉਹ ਸੁਲਤਾਨ ਬਾਹੂ ਨੂੰ ਪਾਲਣ ਵਾਲੀ ਉਹ ਰਾਸਤੀ ਬੀਬੀ ਕਿਆ ਸੁਲਤਾਨ ਬਾਹੂ ਨੇ ਮਾਂ ਨਾਰਾਜ਼ ਕਰਕੇ ਬਾਪ ਨਾਰਾਜ਼ ਕਰਕੇ ਮੁਰਸ਼ਿਦ ਦਾ ਦੀਦਾਰ ਕੀਤਾ ਏ ਨਹੀਂ ਕਾਬਾ ਦੀ ਕਸਮ ਸੁਲਤਾਨ ਬਾਹੂ ਨੇ ਮਾਂ ਬਾਪ ਨੂੰ ਰਾਜ਼ੀ ਕਰਕੇ ਮੁਰਸ਼ਿਦ ਦਾ ਦੀਦਾਰ ਕੀਤਾ ਨਾਰਾਇ ਤਕਬੀਰ ਕੌਣ ਇਨਕਾਰ ਕਰਦਾ ਮੁਰਸ਼ਿਦ ਵੀ ਹੋਵੇ ਨਾ ਮੁਰਸ਼ਿਦ ਹੋਵੇ ਖਾਜਾ ਅਮੀਰੁਦੀਨ ਵਰਗਾ ਵੇਖਣ ਵਾਲਾ ਹੋਵੇ ਸ਼ੇਰੇ ਰੱਬਾਨੀ ਵਰਗਾ ਤੇ ਫਿਰ ਮੁਰਸ਼ਿਦ ਦਾ ਦੀਦਾਰ ਲੱਖ ਕਰੋੜਾਂ ਅੱਜਾਂ ਸੁਭਾਨ ਅੱਲਾ ਅਸੀਂ ਤੇ ਮੰਨਣ ਵਾਲੇ ਹਾਂ ਅੱਜ ਕੱਲ ਦੇ ਨਹੀਂ ਮੈਂ ਮੰਨਦਾ ਨਹੀਂ ਮੰਨਦਾ ਮੈਂ ਕੀ ਕਰਾਂ ਉਹਨਾਂ ਦੇ ਢੇਡ ਡੱਗੇ ਨੇ ਨਬੀ ਦੀ ਨਾਮੂਸ ਪਿੱਛੇ ਅਕੀਦਾ ਖਤਮ ਨਬੂਵਤ ਪਿੱਛੇ ਇਮਾਨ ਪਿੱਛੇ ਅਕੀਦਾ ਪਿੱਛੇ ਮੈਂ ਉਸ ਪੀਰ ਨੂੰ ਕਿਵੇਂ ਮੰਨਾਂ ਮੈਂ ਤੇ ਉਸ ਪੀਰ ਨੂੰ ਮੰਨਾਂਗਾ ਜਿਸ ਪੀਰ ਨੇ ਆਪਣੇ ਸਭ ਕੁਝ ਨਬੀ ਦੀ ਨਾਮੂਸ ਤੇ ਕੁਰਬਾਨ ਕਰ ਚੁੱਕਾ ਜਿਹੜਾ ਅਕੀਦੇ ਤੇ ਕੰਪਰੋਮਾਈਜ਼ ਕਰ ਜਾ ਮੈਂ ਉਹਨੂੰ ਪੀਰ ਕਿਵੇਂ ਮੰਨਾਂ ਮੇਰੇ ਆਕਾ ਨੇ ਫਰਮਾਇਆ ਕਿੱਡਾ ਸਸਤਾ ਸੌਦਾ ਹਰ ਇੱਕ ਨੂੰ ਯਾਦ ਯਾਦ ਸਾਰਿਆਂ ਸਿਰਫ ਨੀਯਤ ਕਰਨ ਦੀ ਦੇਰ ਨੀਯਤ ਠੀਕ ਹੋ ਗਈ ਕੰਮ ਸਿੱਧੇ ਹੋ ਜਾਣੇ ਮੇਰੇ ਆਕਾ ਜਾਨੇ ਆਲਮ ਸੱਲ ਸ
ਸਾਹਬਾ ਬੈਠੇ ਹੋਏ ਨੇ ਹਜ਼ੂਰ ਨੇ ਸੋਹਣੇ ਵੱਲ ਬੋਲੇ ਮੇਰੇ ਆਕਾ ਸੋਹਣੇ ਸੋਹਣੇ ਬੋਲ ਬੋਲੇ ਫਰਮਾਇਆ ਸਾਹਬਾ ਜੀ ਆਕਾ ਫਰਮਾਇਆ ਜਿਹੜਾ ਮੁਹੱਬਤ ਨਾਲ ਇੱਕ ਵਾਰੀ ਮਾਂ ਬਾਪ ਨੂੰ ਵੇਖਦਾ ਹੈ ਅੱਲਾ ਨੂੰ ਮਕਬੂਲ ਅੱਜ ਦਾ ਸਵਾਲ ਹੁਣ ਕਿੰਨੇ ਉਹ ਜਿਹੜੇ ਵੇਖਦੇ ਹੋ ਮਾਂ ਵੀ ਹੈ ਪਿਓ ਵੀ ਹੈ ਨੀਅਤ ਕਰ ਲੈ ਮੀਆਂ ਤਨਵੀਰ ਦੀ ਵੀ ਆਖਰ ਸਮਰ ਜਾਏਗੀ ਸੁਬਹ ਉੱਠਣਾ ਹੀ ਫਜਰ ਪੜ ਫਜਰ ਪੜ ਕੇ ਕੁਰਾਨ ਪੜ ਫਿਰ ਮੁਹੱਬਤ ਨਾਲ ਮਾਂ ਦੇ ਚਿਹਰੇ ਦੀ ਜ਼ਿਆਰਤ ਕਰ ਬਾਪ ਦੇ ਚਿਹਰੇ ਦੀ ਜ਼ਿਆਰਤ ਕਰ ਰੱਬੇ ਕਾਬਾ ਦੀ ਕਸਮ ਜਿਹੜਾ 12 13 ਲੱਖ ਲਾ ਕੇ ਗਿਆ ਹੈ 14 ਲੱਖ ਲਾ ਕੇ ਗਿਆ ਹੈ ਪਤਾ ਨਹੀਂ ਉਹਦਾ ਮਕਬੂਲ ਹੋਇਆ ਕਿ ਨਹੀਂ ਹੋਇਆ ਪਰ ਤੂੰ ਇਹ ਕੰਮ ਕਰ ਲੈ ਮੁਹੰਮਦ ਨੇ ਗਰੰਟੀ ਦਿੱਤੀ ਹੈ ਮੇਰੇ ਆਕਾ ਨੇ ਗਰੰਟੀ ਦਿੱਤੀ ਹੈ ਸੱਲੱਲਾਹੁ ਅਲੈਹਿ ਵਸੱਲਮ ਮੁਹੱਬਤ ਨਾਲ ਤੱਕੀ ਤੂੰ ਜਾ ਮਕਬੂਲ ਹੱਜ ਦਾ ਸਵਾਬ ਮੈਂ ਲੈ ਕੇ ਮਕਬੂਲ ਦੋ ਵਾਰੀ ਵੇਖੀ ਫਰਮਾਇਆ ਜਿੰਨੀ ਵਾਰੀ ਵੇਖੇ ਘਰ ਤੇਰੇ ਖੂਹ ਪਿਆ ਵਗਦਾ ਤੇ ਫਿਰ ਵੀ ਤੂੰ ਪਿਆਸਾ ਤੇ ਤੇਰੇ ਮੁਕੱਦਰ ਪਾਣੀ ਸਮਝ ਮੈਨੂੰ ਤਰੇ ਲੱਗੀ ਪਾਣੀ ਨਹੀਂ ਹੋਇਆ ਪਾਣੀ ਤੇ ਖੂਹ ਵੇਖਾ ਤੇ ਫਿਰ ਵੀ ਤਰੇ ਤੇ ਤੇਰੇ ਮੁਕੱਦਰ ਘਰ ਤੇਰੇ ਖੂਹ ਪਿਆ ਵਗਦਾ ਉਹ ਨੇਕੀਆਂ ਦਾ ਖੂਹ ਪਿਆ ਵਗਦਾ ਈ ਫਿਰ ਵੀ ਤੁਰਪਣ ਫਿਰ ਵੀ ਤੇਰੇ ਪੱਲੇ ਕੱਖ ਨਹੀਂ ਇੱਧਰ ਆ ਮਾਂ ਬਾਪ ਨੂੰ ਰਾਜ਼ੀ ਕਰ ਲੈ ਮੇਰੇ ਆਕਾ ਜਾਨੇ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ ਜਿਹੜਾ ਚਾਹੁੰਦਾ ਮੈਂ ਇੱਜ਼ਤ ਨਾਲ ਜੀਵਾਂ ਮੇਰੀ ਉਮਰ ਚ ਬਰਕਤ ਹੋਵੇ ਮੇਰੇ ਰਿਸ਼ਤੇ ਹਲਾਲ ਚ ਬਰਕਤ ਹੋਵੇ ਸੋਹਣਿਆ ਕੀ ਕਰੇ ਫਰਮਾਇਆ ਮਾਂ ਬਾਪ ਨਾਲ ਉਸਨੇ ਸਲੂਕ ਕੁਲੀਏ ਹਜ਼ੂਰ ਦਿੱਤੇ ਨੇ ਸਬਕ ਮੇਰੇ ਆਕਾ ਪੜ੍ਹਾਏ ਨੇ ਤੇ ਫਿਰ ਅਗਰ ਅਸੀਂ ਉਹਨਾਂ ਸਬਕਾਂ ਨੂੰ ਯਾਦ ਨਾ ਕਰੀਏ ਦਵਾਈ ਦਾ ਫਾਇਦਾ ਕਾਹਦੀ ਹੁੰਦਾ ਨਾ ਜੇ ਦਵਾਈ ਇਸਤੇਮਾਲ ਕਰੀਏ ਤੇ ਡਾਕਟਰ ਕੋਲ ਜਾ ਕੇ ਘਰ ਰੱਖ ਛੱਡੀਏ ਨੁਸਖਾ ਇਸਤੇਮਾਲ ਨਾ ਕਰੀਏ ਤੇ ਡਾਕਟਰ ਦਾ ਕੀ ਕਸੂਰ ਹੈ ਬਿਲਾ ਤਮਸੀਲੋ ਤਸ਼ਵੀ ਸਰਕਾਰ ਨੇ ਸਾਨੂੰ ਹਰ ਬਿਮਾਰੀ ਦਾ ਇਲਾਜ ਦਿੱਤਾ ਹੈ ਇਸਤੇਮਾਲ ਅਸੀਂ ਆਪ ਕਰੀਏ ਹਰ ਦੁੱਖ ਦਾ ਇਲਾਜ ਮੇਰੇ ਆਪਣੇ ਮੇਰੇ ਆਕਾ ਜਾਨੇ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ ਕੁਰਾਨੇ ਮਜੀਦ ਬੁਰਾਨੇ ਰਸ਼ੀਦ ਨੂੰ ਪੜੋ ਅੱਲਾ ਕਰੀਮ ਨੇ ਜੇ ਸਖਤੀ ਨਾਲ ਮਾਂ ਬਾਪ ਦੇ ਨਾਲ ਹਸਨੇ ਸਲੂਕ ਕਰਨ ਦਾ ਹੁਕਮ ਫਰਮਾਇਆ ਇਬਾਦਤ ਦੇ ਨਾਲ ਜੋੜ ਕੇ ਆਪਣੀ ਬੰਦਗੀ ਦੇ ਨਾਲ ਜੋੜ ਕੇ ਆਪਣੀ ਇਤਾਅਤ ਦੇ ਨਾਲ ਜੋੜ ਕੇ ਆਪਣੇ ਸ਼ੁਕਰ ਦੇ ਨਾਲ ਜੋੜ ਕੇ ਫਰਮਾਇਆ ਨਿਸ਼ਕਰ ਨੀ ਵਾਲੇ ਵਾਲੇ ਦਰ ਮੇਰਾ ਵੀ ਸ਼ੁਕਰ ਅਦਾ ਕਰ ਤੇ ਮਾਪਿਆਂ ਦਾ ਵੀ ਸ਼ੁਕਰ ਅਦਾ ਕਰ ਬੜਾ ਪਹੁੰਚਿਆ ਹੋਵੇ ਕਿੱਥੇ ਪਹੁੰਚਿਆ ਉਹ ਮੈਂ ਆਖਿਆ ਪਹੁੰਚਦੇ ਹੀ ਬੰਦੇ ਮਾਂ ਬਾਪ ਦੀਆਂ ਦੁਆਵਾਂ ਨਾਲ ਪਹੁੰਚਦੇ ਹੀ ਮਾਂ ਬਾਪ ਦੀਆਂ ਦੁਆਵਾਂ ਨਾਲ ਹਜ਼ਰਤ ਬਾਯਜ਼ੀਦ ਬੁਸਤਾਮੀ ਰਹਿਮਤੁਲਾਹ ਤਾਲਾ ਦਾ ਵਾਕਿਆ ਤੁਸੀਂ ਸੁਣਿਆ 12 ਸਾਲ ਜੰਗਲਾਂ ਚ ਗੁਜ਼ਾਰੇ ਮਾਂ ਕੋਲੋਂ ਇਜਾਜ਼ਤ ਲੈ ਕੇ ਗਏ ਜੰਗਲਾਂ ਚ ਗੁਜ਼ਾਰਦੇ ਅੱਲਾ ਨੂੰ ਰਾਜ਼ੀ ਕਰਨ ਗਏ ਮਾਂ ਇਜਾਜ਼ਤ ਦਿੱਤੀ ਇੱਕ ਦਿਨ ਗੁਜ਼ਰਦਿਆਂ
ਸਤਾਮ ਵਿੱਚੋਂ ਕਿਧਰ ਹੋਇਆ ਮਾਂ ਨੂੰ ਸਲਾਮ ਅਰਜ਼ ਕਰਦਿਆਂ ਜਾਵਾਂ ਸਰਗੀ ਦਾ ਵੇਲਾ ਹੈ ਬੂਹੇ ਤੇ ਆ ਕੇ ਖਲੋ ਗਏ ਪਤਾ ਨਹੀਂ ਮਾਂ ਸੁੱਤੀ ਨਾ ਹੋਵੇ ਕੁੰਡੀ ਨਹੀਂ ਖੜਕਾਈ ਅਦਾਬ ਦਾ ਖਿਆਲ ਰੱਖ ਤੈਨੂੰ ਕਿਸੇ ਦੱਸਿਆ ਹੀ ਨਹੀਂ ਓਏ ਯੇ ਵੋ ਅੱਲਾ ਦਾ ਕੁਰਾਨ ਆਂਦਾ ਵਲਾ ਤਕੁਲ ਲਹੁਮਾ ਉਫ ਉਫ ਨਹੀਂ ਕਹਿਣਾ ਤੂੰ ਭਾਵੇਂ ਜਿੱਡਾ ਵੀ ਪੇਂਡੂ ਏ ਓਏ ਅੱਬਾ ਨਹੀਂ ਕਹਿਣਾ ਅੱਬਾ ਜੀ ਕਹਿਣਾ ਨਹੀਂ ਅੰਮੀ ਨਹੀਂ ਕਹਿਣਾ ਅੰਮੀ ਜੀ ਇਹਦੇ ਜੀ ਸਾਰਾ ਕਮਾਲ ਮੁਰਸ਼ਿਦ ਦਾ ਅਦਬਕਾਰ ਪਰ ਪਹਿਲਾਂ ਮਾਂ ਬਾਪ ਦਾ ਅਦਬਕਾਰ ਮੁਰਸ਼ਿਦ ਦੇ ਅਦਬ ਦਾ ਫਾਇਦਾ ਤਾਂ ਹੋਣਾ ਜੋ ਮਾਂ ਬਾਪ ਦਾ ਅਦਬ ਕਰਨਾ ਹੀ ਅੱਲਾ ਫਰਮਾ ਰਿਹਾ ਵਲਾ ਤਕੁਲ ਲਹੁਮਾ ਉਫ ਵਲਾ ਤਨਹਰਹੁਮਾ ਵਕੁਲ ਲਹੁਮਾ ਕੌਲਨ ਉਫ ਨਹੀਂ ਕਹਿਣਾ ਹਿੜਕਣਾ ਨਹੀਂ ਉੱਚਾ ਨਹੀਂ ਬੋਲਣਾ ਕੌਲਨ ਕਰੀਮਾ ਕੌਲਨ ਕਰੀਮਾ ਇੰਜ ਬੋਲ ਇੰਜ ਬੋਲ ਕਿ ਤੇਰੀ ਬੋਲੀ ਵਿੱਚੋਂ ਸ਼ਹਿਦ ਦਾ ਰਸ ਨਿਕਲੇ ਤੇਰੇ ਮੂੰਹ ਵਿੱਚੋਂ ਅਲਫਾਜ਼ ਨਿਕਲਣ ਤੇਰੇ ਬਾਪ ਦੇ ਸੀਨੇ ਵਿੱਚ ਉਤਰ ਜਾਣ ਤੇਰੀ ਮਾਂ ਦੇ ਸੀਨੇ ਵਿੱਚ ਉਤਰ ਜਾਣ ਮੁਹੱਬਤ ਜਿੰਨੀ ਦੇ ਸਕਣਾ ਹੈ ਜਿੰਨੀ ਨਰਮ ਗੁਫ਼ਤਗੂ ਕਰ ਸਕਣਾ ਹੈ ਓਨਾ ਬੋਲ ਫਰਮਾਇਆ ਵਾਗਫਿਰ ਲਹੁਮਾ ਵਕੁਰ ਰੱਬ ਰਹਿਮਹੁਮਾ ਕਮਾ ਰੱਬਯਕੀ ਸਲੀ ਆਪਣਾ ਬਚਪਨ ਯਾਦ ਕਰ ਆਪਣੀ ਉਹ ਬਚਪਨ ਵਾਲੀ ਹਾਲਤ ਯਾਦ ਕਰ ਮੇਰੇ ਮਾਂ ਬਾਪ ਤੇ ਉਂਜ ਰਹਿਮ ਫਰਮਾ ਜਿਵੇਂ ਮੇਰੇ ਮਾਂ ਬਾਪ ਮੇਰੇ ਬਚਪਨ ਦੀ ਹਾਲਤ ਤੇ ਮੇਰੇ ਤੇ ਰਹਿਮ ਫਰਮਾਉਂਦੇ ਰਹੇ ਨੇ ਮੈਂ ਹਿੱਲਣ ਜੋਗਾ ਨਹੀਂ ਸਾਂ ਮੈਂ ਬੋਲਣ ਜੋਗਾ ਨਹੀਂ ਸਾਂ ਮੈਂ ਚੱਲਣ ਜੋਗਾ ਨਹੀਂ ਸਾਂ ਮੈਂ ਖਾਣ ਜੋਗਾ ਨਹੀਂ ਸਾਂ ਮੈਂ ਪੀਣ ਜੋਗਾ ਨਹੀਂ ਸਾਂ ਮਾਲਕ ਮੈਂ ਉਹਨਾਂ ਦਾ ਮੁਹਤਾਜ ਸਾਂ ਜਿਸ ਤਰ੍ਹਾਂ ਮੇਰੇ ਮਾਂ ਬਾਪ ਬਚਪਨ ਵਿੱਚ ਮੇਰੇ ਤੇ ਰਹਿਮ ਫਰਮਾਇਆ ਹੈ ਮੌਲਾ ਤੂੰ ਉਸੇ ਤਰ੍ਹਾਂ ਮੇਰੇ ਮਾਪਿਆਂ ਤੇ ਰਹਿਮ ਫਰਮਾ ਸਰਕਾਰ ਦੇ ਫਰਾਮੀਨ ਰੱਬ ਦਾ ਕੁਰਾਨ ਵੇਖੋ ਹੁਣ ਮਾਂ ਦਾ ਖਿਆਲ ਪਿਆ ਹੁੰਦਾ ਕਿ ਮਾਂ ਪਤਾ ਨਹੀਂ ਸੁੱਤੀ ਹੈ ਕਿ ਜਾਗ ਕੁੰਡੀ ਨਹੀਂ ਖੜਕਾਈ ਮਾਂ ਉੱਠੇਗੀ ਤਹਿਜੁਦ ਪੜੇਗੀ ਵੁਜ਼ੂ ਕਰੇਗੀ ਪਾਣੀ ਨਿਕਲੇਗਾ ਤੇ ਮੈਂ ਅੰਦਰ ਜਾਵਾਂ ਅਦਬ ਨਾਲ ਖੜੋ ਮਾਂ ਉੱਠੀ ਉਹ ਮਾਵਾਂ ਵੀ ਮੁਖਦਰਾਂ ਵਾਲੀਆਂ ਮਾਵਾਂ ਵਾਸਤੇ ਸਬਕ ਹੈ ਕਿ ਜਿਹੜੀਆਂ ਮਾਵਾਂ ਕੁਰਾਨ ਦੀਆਂ ਲੋਰੀਆਂ ਦੇ ਕੇ ਪੁੱਤੇ ਨੂੰ ਦੁੱਧ ਪਿਆਉਂਦੀਆਂ ਨੇ ਨਾ ਉਹਨਾਂ ਗੋਦਾਂ ਵਿੱਚ ਫਿਰ ਗੁਲਾਮੇ ਹੁਸੈਨ ਪੈਦਾ ਹੁੰਦੇ ਮਾਂ ਬਾਪ ਵਾਸਤੇ ਵੀ ਸਬਕ ਹੈ ਜਿਹੜੇ ਮਾਂ ਬਾਪ ਚਾਹੁੰਦੇ ਨੇ ਸਾਡੀਆਂ ਔਲਾਦਾਂ ਤਾਬੇਦਾਰ ਰਹਿਣ ਨੁਸਖਾ ਮੈਂ ਪਿਆ ਦੇਣਾ ਆਪਣੀ ਔਲਾਦ ਨੂੰ ਹਮੇਸ਼ਾ ਹਲਾਲ ਖਵਾ ਹਲਾਲ ਲੁਕਮਾ ਖਿਲਾ ਜਿਹੜੇ ਮਾਂ ਬਾਪ ਆਪਣੀ ਔਲਾਦ ਨੂੰ ਹਲਾਲ ਖਵਾਉਂਦੇ ਨੇ ਉਹਨਾਂ ਦੀਆਂ ਔਲਾਦਾਂ ਆਪਣੇ ਮਾਂ ਬਾਪ ਦੀਆਂ ਫਰਮਾ ਬਰਦਾਰ ਹੁੰਦੀਆਂ ਗੱਲ ਸਮਝ ਆ ਰਹੀ ਕੋਈ ਨਹੀਂ ਮਾਂ ਬਾਪ ਦੇ ਵੀ ਔਲਾਦ ਦੇ ਵੀ ਹਕੂਕ ਨੇ ਮਾਂ ਬਾਪ ਦੇ ਵੀ ਹਕੂਕ ਨੇ ਹੁਣ ਅੰਦਰ ਗਏ ਨੇ ਮਾਂ ਮੁਸੱਲੇ ਤੇ ਪਿੱਛੇ ਖੜੇ ਹੋ ਗਏ ਨੇ ਹੱਥ ਬਣ ਕੇ ਹਜ਼ਰਤ ਬਾਯਜ਼ੀਦ ਬੁਸਤਾਮੀ ਵਲੀਆਂ ਦੇ ਸੁਲਤਾਨ
ਮਾਂ ਨੇ ਸਲਾਮ ਫੇਰਿਆ, ਦੁਆ ਸ਼ੁਰੂ ਕੀਤੀ ਏ ਤੇ ਦੁਆ ਮੰਗਦਿਆਂ ਮੰਗਦਿਆਂ ਅੰਮੀ ਜੀ ਦੁਆ ਪਈਆਂ ਕਰਦੀਆਂ ਨੇ, ਯਾ ਅੱਲਾ ਮੇਰਾ ਪੁੱਤਰ ਬਾਯਜ਼ੀਦ ਤੇਰੀ ਤਲਾਸ਼ ਵਿੱਚ ਜੰਗਲਾਂ ਚ ਨਿਕਲਿਆ ਏ, ਮੌਲਾ ਮੇਰੇ ਪੁੱਤਰ ਨੂੰ ਆਪਣਾ ਕੁਰਬ ਅਤਾ ਫਰਮਾ ਦੇ, ਯਾ ਅੱਲਾ ਮੇਰੇ ਪੁੱਤਰ ਨੂੰ ਆਪਣਾ ਕੁਰਬ ਅਤਾ ਫਰਮਾ ਦੇ। ਇੰਨੀ ਗੱਲ ਸੁਣੀਏ, ਕਦਮਾਂ ਚ ਡਿੱਗ ਪਏ, ਆਖਿਆ ਮਾਂ ਮੈਂ ਜਿਸ ਰੱਬ ਨੂੰ ਜੰਗਲਾਂ ਚ ਲੱਭਣ ਤੁਰਿਆ ਸਾਂ, ਤਨਾਈਆਂ ਚ ਲੱਭਣ ਤੁਰਿਆ ਸਾਂ, ਮੈਨੂੰ ਤੇ ਪਤਾ ਹੀ ਨਹੀਂ ਸੀ ਮੇਰਾ ਉਹ ਰੱਬ ਮੇਰੀ ਮਾਂ ਦੀਆਂ ਦੁਆਵਾਂ ਛੁਪਿਆ। ਫਿਰ ਉਹ ਮਕਾਮ ਅਤਾ ਫਰਮਾਇਆ, ਯਹੂਦੀਆਂ ਦਾ ਨਾਂ ਕਾਬਾ ਨਾ ਕੀਤਾ, ਇੱਕ ਇੱਕ ਸਵਾਲ ਕਰਨ ਵਾਲਾ ਯਹੂਦੀ ਉਹਨਾਂ ਦੇ ਆਲਮ ਉਹਨਾਂ ਦੇ ਰਾਹਿਬ ਸਵਾਲ ਕਰਦੇ ਨੇ, ਹਜ਼ਰਤ ਬਾਯਜ਼ੀਦ ਮੁਸਤਾਮੀ ਜਵਾਬ ਦਿੰਦੇ ਨੇ, ਆਪ ਇੱਕ ਸਵਾਲ ਕੀਤਾ ਹੈ ਕੋਈ ਯਹੂਦੀ ਬੇਈਮਾਨ ਦਾ ਫਿਰ ਜਵਾਬ ਨਹੀਂ ਹੋ ਸਕਿਆ, ਉੱਥੇ ਸਾਰੇ ਦਾ ਜਵਾਬ ਹੋ ਗਏ, ਆਵਾਜ਼ ਆਈ ਏ ਬਾਯਜ਼ੀਦ ਇਹ ਤੇਰਾ ਕਮਾਲ ਨਹੀਂ, ਇਹ ਤੇਰੀ ਮਾਂ ਦੀਆਂ ਦੁਆਵਾਂ ਦਾ ਕਮਾਲ। ਪੁੱਤਰ ਭਾਵੇਂ ਜ਼ਮਾਨੇ ਦਾ ਲੱਖ ਬਲੀ ਹੋਵੇ ਪਰ ਨਹੀਂ ਉਹ ਮਾਂ ਦੇ ਪੈਰਾਂ ਦੀ ਖਾਕ। ਮਾਂ ਬਾਪ ਅੱਲਾ ਦੀ ਐਸੀ ਲਾਜ਼ਵਾਲ ਨਿਮਤ ਨੇ ਕਿ ਹਯਾਤੀ ਚ ਵੀ ਇਹਨਾਂ ਦੀ ਖਿਦਮਤ ਕਰੇਗਾ ਤੇ ਮਿਲੇਗਾ, ਕਬਰ ਚਲੇ ਜਾਣ ਤੇ ਫਿਰ ਵੀ ਇਹਨਾਂ ਦੀ ਕਬਰ ਤੇ ਹਾਜ਼ਰੀ ਦੇ, ਇਹਨਾਂ ਦੀ ਕਬਰ ਤੇ ਹਾਜ਼ਰੀ ਤੂੰ ਦੇਂਗਾ, ਅੱਲਾ ਤੇਰੇ ਵਾਸਤੇ ਰਾਹ ਬਦਬੂਏ ਖੋਲ ਦੇ। ਹਰ ਜੁਮੇ ਕਮ ਅਜ਼ ਕਮ ਜਿਨ੍ਹਾਂ ਦੇ ਵਾਲਦੈਨ ਇਸ ਦੁਨੀਆ ਤੋਂ ਚਲੇ ਗਏ ਨੇ, ਹਰ ਜੁਮੇ ਹਾਜ਼ਰੀ ਦਿਓ, ਹਰ ਜੁਮੇ ਆਪਣੇ ਮਾਂ ਬਾਪ ਦੀਆਂ ਕਬਰਾਂ ਤੇ ਜਾ ਕੇ ਸ਼ਰਾ ਸ਼ਰੀਫ ਦਾ ਹੁਕਮ ਹੈ ਕਿ ਅਗਰ ਕੋਈ ਆਪਣੀ ਜ਼ਿੰਦਗੀ ਚ ਮਾਂ ਬਾਪ ਨੂੰ ਹੁਸਨੇ ਸਲੂਕ ਨਹੀਂ ਕਰ ਸਕਿਆ, ਇਹ ਮਾਂ ਬਾਪ ਚਲੇ ਗਏ ਨੇ, ਉਹਨਾਂ ਦੀ ਕਬਰ ਤੇ ਹਾਜ਼ਰੀ ਦੇ, ਉਹਨਾਂ ਵਾਸਤੇ ਸਾਲੇ ਸਵਾਬ ਕਰ, ਉਹਨਾਂ ਵਾਸਤੇ ਨੇਕੀਆਂ ਕਰ, ਉਹਨਾਂ ਦਾ ਸਵਾਬ ਉਹਨਾਂ ਨੂੰ ਪਹੁੰਚਾ, ਉਧਰੋਂ ਉਹਨਾਂ ਦਾ ਸਵਾਬ ਪਹੁੰਚੇਗਾ, ਅੱਲਾ ਉਹਨਾਂ ਤੇ ਰਹਿਮਤ ਫਰਮਾਏਗਾ, ਉਹ ਪੁੱਤਰ ਤੇਰਾ ਹੋ ਜਾਏਗਾ। ਇਹ ਸਾਰਾ ਸਦਕਾ ਨਬੀ ਪਾਕ ਦਾ, ਇਹ ਸਾਰਾ ਕੁਝ ਮਾਂ ਬਾਪ ਦੀ ਨਿਮਤ, ਹਜ਼ੂਰ ਦੇ ਸਦਕੇ, ਔਲਾਦ ਦੀ ਨਿਮਤ ਹਜ਼ੂਰ ਦੇ ਸਦਕੇ, ਕਾਰੋਬਾਰ ਦੀ ਨਿਮਤ ਹਜ਼ੂਰ ਦੇ ਸਦਕੇ। ਸਾਡੀ ਗੱਲ ਮੁੱਕਦੀ, ਮੈਂ ਤੇ ਪੜਨਾ ਹੁਣਾ ਗੱਲ ਮੁਕਾਈਏ, ਇਹੋ ਆਖਣਾ ਵਾ ਨਮਾਲੋ ਜਾਣ ਦਾ ਸਦਕਾ ਸਦਕਾ ਖੁਦਾ ਦੇ ਯਾਰ ਅਸੀਂ ਦੇ ਖਾਲੋ ਖੁਦਾ ਦੇ ਯਾਰ ਦਾ ਸਦਕਾ ਅਸੀਂ ਦੇ ਖਾਲੋ ਖੁਦਾ ਦੇ ਯਾਰ ਦਾ ਸਦਕਾ। ਜਿਸ ਦਰਗਾਹ ਖਾਂਦੇ ਹਾਂ ਜਿੱਥੋਂ ਖਾਂਦੇ ਹਾਂ ਉਹਦੇ ਗੀਤ ਗਾਉਂਦੇ ਹਾਂ ਤੇ ਇਹੋ ਅਰਦਾਸ ਕਰਦੇ ਹਾਂ, ਸਦਾ ਵਸੀਦਾ ਰਵੇ ਤੇਰਾ ਦਵਾਰਾ ਯਾ ਰਸੂਲ ਅੱਲਾ, ਜਿੱਥੇ ਉਲਦੇ ਯਾਰ ਰਸੂਲ ਅੱਲਾ ਸਾਰਿਆਂ ਸਿਆਣਾ ਕਿੱਥੇ ਹੁੰਦੇ
تک بیعت نہیں کرنی. ماں باپ دی بیعت نہیں ہوئی. ہاں اگر باپ عورت دی تے بیعت ہوندی نہیں نا, مرد دی بیعت ہوندی, عورت پیر نہیں بن سکتی, عورت مرشدہ وہ دی بیعت نہیں. ہاں باپ ہے اور باپ دے اندر پیری دیاں شرائط پائیاں جاندیاں نے تے پھر باپ دا مرید ہو جاندا. تے جے اگر باپ پیر بنن دے لائق نہیں, وہ دے اندر باپ پیر دیاں شرائط نہیں پائیاں جاندیاں, دعا باپ دی ہونی ہے جڑا پیر کولوں فیض ملنا ہے مرشد فرید ہے حق دے راہ واسطے. مرشد فرید ہے اللہ رسول تک پہنچن واسطے, اللہ رسول دی راہ واسطے. اگر تیرے ماں باپ زندہ نے انہاں دی خدمت کار, بیعت کسے مرشد دی ہی ہونا ہے جہدے اندر پیر دیاں شرطاں پائیاں جاندیاں. سمجھ آ گئی؟ یہ نہیں بھائی ماں باپ زندہ نے تے پیر پھڑن دی کوئی ضرورت نہیں, ماں باپ دی اجازت لے کے پیر پھڑ, تے کوئی با شرع پیر پھڑ, با غیرت پیر پھڑ, عقیدے تے مضبوط پیر پھڑ, تے او دے پیچھے دعاواں ماں باپ دیاں رکھ, انشاءاللہ پیر دی نگاہ ہوے گی. اللہ صدقہ نبی پاک دا تینوں اپنا قرب عطا فرمائے.